बिस्मिल्लाहिर्रहमानिर्रहीम। तुसी देख रहे हो यूट्यूब चैनल मन्ना व्लॉग, तो मैं जी रहमान अली। उम्मीद करदा तुसी सारे अल्लाह दी रहमत नाल तंदुरुस्त और खुशबाश होवोगे। जनाब अज दी नवीं वीडियो बहावलपुर लारी अड्डे तो बनाने लगे हाँ। तुसी साडा चैनल सबसक्राइब करो और वीडियो शेयर करया करो, कमेंट करया करो। अगर किसी नूं किसी बस का टाइम टेबल दी ਪਤਾ ਹੋ ਲਵਾਉਣਾ ਹੋਵੇ ਤਾਂ ਤੁਸੀਂ ਸਾਨੂੰ ਕਹਿ ਸਕਦੇ ਹੋ, ਅਸੀਂ ਤੁਹਾਨੂੰ ਦੱਸ ਸਕਦੇ ਹਾਂ। ਅਤੇ ਮਿਹਰਬਾਨੀ ਕਰਕੇ ਸਬਸਕ੍ਰਾਈਬ ਚੈਨਲ ਕਰਿਆ ਕਰੋ ਔਰ ਵੀਡੀਓ ਪੂਰੀ ਦੇਖਿਆ ਕਰੋ ਅਤੇ ਸ਼ੇਅਰ ਵੀ ਕਰਿਆ ਕਰੋ। ਤੁਹਾਡੇ ਤਾਵਨ ਨਾਲ ਹੀ ਚੈਨਲ ਚੱਲੇਗਾ ਜਨਾਬ। ਅਤੇ ਆ ਜਾਓ ਚੱਲਦੇ ਹਾਂ ਜੀ ਵੀਡੀਓ ਦੀ ਤਰਫ। ਰਹਿਮਾਨ ਰਹੀਮ ਇਹ ਜੀ ਕਰਾਚੀ ਟਾਈਮ ਆ, ਬਲੀ ਮੁਹੰਮਦ ਵੜੈ ਚ ਬਹਾਵਲਪੁਰੋਂ ਕਰਾਚੀ ਟਾਈਮ ਡੇਲੀ ਸਰਵਿਸ ਹੈ ਇਹਨਾਂ ਦੀਆਂ। ਦੋ ਗੱਡੀਆਂ ਵਾ, ਬਹੁਤ ਪਿਆਰੀ ਸਰਵਿਸ ਇਹਨਾਂ ਦੀ ਬਹਾਵਲਪੁਰ ਤੋਂ ਕਰਾਚੀ। ਔਰ ਮਾਸ਼ਾਅੱਲਾ ਡੇਲੀ ਸਰਵਿਸ ਆ, ਰੋਜ਼ ਇਹਨਾਂ ਨੇ ਜਾਣਾ ਹੁੰਦਾ ਵਾ। ਅਤੇ ਤੁਸੀਂ ਵੀ ਇੱਥੇ ਸਫ਼ਰ ਕਰਕੇ ਵੇਖੋ ਇਨਸ਼ਾਅੱਲਾ। ਮਾਸ਼ਾਅੱਲਾ ਬਹੁਤ ਪਿਆਰੀਆਂ ਗੱਡੀਆਂ, ਇਹ ਦੋ ਗੱਡੀਆਂ ਨਿਕਲਦੀਆਂ ਇੱਥੋਂ ਸ਼ਾਮ ਨੂੰ। ਬਹਾਵਲਪੁਰ ਅਗਰ ਕਰਾਚੀ ਵਾਸਤੇ ਸਫ਼ਰ ਕਰਨਾ ਹੋਵੇ ਤਾਂ ਨਾਨ ਏ ਸੀ ਗੱਡੀਆਂ ਇਹ। ਜਾ ਰਹੀ ਹੈ ਜੀ ਕਰਾਚੀ ਵਾਸਤੇ, ਅੱਲਾ ਬਾਗ ਨੂੰ ਖੈਰ ਨਾਲ ਲੈ ਜਾਵੇ ਕਰਾਚੀ। ਨਿਕਲ ਗਏ ਜੀ ਬਹਾਵਲਪੁਰੋਂ ਲਾਰੀ ਅੱਡੇ ਦੇ ਆਪਣੇ ਸਫ਼ਰ ਦੇ ਵਾਸਤੇ। ਜਾਓ ਜੀ ਖੈਰ ਨਾਲ ਜਾਓ, ਅੱਲਾ ਤੁਹਾਨੂੰ ਖੈਰ ਨਾਲ ਲੈ ਕੇ ਜਾਵੇ ਸੋਹਣੇ ਰੱਬ ਦੇ ਹਵਾਲੇ। ਇਹ ਮਾਸ਼ਾਅੱਲਾ ਜੀ ਬਾਗਤ ਕੋਚ ਆ ਜੀ, ਬਹਾਵਲਪੁਰ ਲਾਰੀ ਅੱਡੇ 'ਚ ਬਾਗਤ ਕੋਚ। ਇਹ ਮੰਡੀ ਬਹਾਓ ਦਿਨ ਵਾਸਤੇ ਇੱਥੋਂ ਨਿਕਲੇਗੀ ਬਹਾਵਲਪੁਰ 'ਚੋਂ 6:30 ਵਜੇ। ਇੱਥੇ ਵੀ ਸਫ਼ਰ ਕਰੋ, ਮਾਸ਼ਾਅੱਲਾ ਬਹੁਤ ਪਿਆਰੀ ਗੱਡੀ ਹੈ ਔਰ ਬਹੁਤ ਪਿਆਰੀ ਸਰਵਿਸ ਹੈ ਇਹਨਾਂ ਦੀ। ਬਾਗਤ ਕੋਚ ਜੀ ਮੰਡੀ ਬਹਾਉਦੀਨ, ਪਤਾ ਨਹੀਂ ਕੀ ਲਿਖਿਆ, ਕਮਾਲੀ ਆ, ਪਤਾ ਨਹੀਂ ਕੀ ਲਿਖਿਆ ਉੱਤੇ ਉਹਨਾਂ ਨੇ। ਬਾਗਤ ਕੋਚ ਆਏ ਹਾਫਜ਼ਾਬਾਦ, ਫੈਸਲਾਬਾਦ, ਅਬਦੁਲ ਹਕੀਮ, ਕੱਚਾ ਖੂਹ, ਵਿਹਾੜੀ, ਦੁਨੀਆਪੁਰ, ਟੋਬਾ, ਡਕੋਟਾ। ਇਹ ਚੀਤਾ ਡੈਮ ਆ ਜੀ, ਕੋਚ ਸ਼ਰੀਫ ਤੋਂ ਆਉਂਦਾ, ਬਹਾਵਲਪੁਰ ਦਾ ਸਟੇ ਹੁੰਦਾ। ਬਹਾਵਲਪੁਰ ਹੁਣ ਨਿਕਲਣ ਲੱਗਾ ਵਾ, ਟਾਈਮ ਹੋ ਗਿਆ ਤਕਰੀਬਨ 6 ਤੋਂ ਉੱਤੇ ਆ ਇਸ ਟਾਈਮ ਤਕਰੀਬਨ। ਇਹਨੇ ਜਾਣਾ ਜੀ ਸਿਆਲਕੋਟ, ਗੁਜਰਾਂਵਾਲਾ, ਗੁਜਰਾਤ ਮੇਰਾ ਖਿਆਲ ਇਹਨੇ ਜਾਣਾ ਵਾ, ਸਿਆਲਕੋਟ ਨੇ ਜਾਣਾ ਗੁਜਰਾਂਵਾਲਾ। ਉਹ ਸ਼ਰੀਫ ਤੋਂ ਆਈ ਹੈ ਗੱਡੀ, ਇੱਥੇ ਵੀ ਸਰਵਿਸ, ਇਹ ਵੀ ਡੇਲੀ ਗੱਡੀਆਂ, ਦੋ ਗੱਡੀਆਂ ਜਾਂਦੀਆਂ ਇਹਨਾਂ ਦੀਆਂ। ਬਹੁਤ ਪਿਆਰੀ ਸਰਵਿਸ ਆ, ਉਹ ਸ਼ਰੀਫ ਤੋਂ ਸਿਆਲਕੋਟ, ਗੁਜਰਾਂਵਾਲਾ, ਗੁਜਰਾਤ। 6:15 ਵਜੇ ਜੀ ਇਹਨੇ ਬਹਾਵਲਪੁਰੋਂ ਟੁਰਨਾ ਵਾ।
ਅਦਨਾਨ ਕੋਚ ਆ ਚੀਤਾ ਡੈਮ ਸਵਾ ਛੇ ਮਾਸ਼ਾਅੱਲਾ ਚੀਤਾ ਡੈਮ ਹੈ ਜੀ ਸਿਆਲਕੋਟ ਵਾਸਤੇ ਨਿਕਲ ਰਹੀ ਬਹਾਵਲਪੁਰ ਲਾ ਰਹੀ ਅੱਡੇ ਜੀ ਬਹੁਤ ਪਿਆਰੀ ਸਰਵਿਸ ਹੈ ਇਹਨਾਂ ਦੀ ਤੁਸੀਂ ਵੀ ਸਫ਼ਰ ਕਰੋ ਜਨਾਬ ਇੱਥੇ ਹਾਰਨ ਮਾਰੀ ਹਾਰਨ ਮਾਸ਼ਾਅੱਲਾ ਜੀ ਬਹੁਤ ਪਿਆਰੀ ਸਰਵਿਸ ਆ ਗੁੱਜਰ ਪਿਆਰੇ ਜੀ ਗੁੱਜਰ ਨਹੀਂ ਸੋਰੀ ਚੀਤਾ ਡੈਮ ਉਹ ਸ਼ਰੀਫ ਹੁੰਦਾ ਜੀ ਇਹ ਬਹਾਵਲਪੁਰ ਇੱਥੇ ਸਟੇਅ ਕਰਦਾ ਉਸ ਤੋਂ ਬਾਅਦ ਮੈਂ ਜਾਣਾ ਜੀ ਸਿਆਲਕੋਟ ਗੁਜਰਾਂ ਵਾਲਾ ਇਹ ਜਨਾਬ ਹੈਗੇ ਜੀ ਕਾਲੂ ਬ੍ਰਦਰ ਇਹਨੇ ਵੀ ਜਾਣਾ ਜੀ ਗੁਜਰਾਂਵਾਲਾ ਡਸਕਾ ਪਸਰੂਰ ਅਤੇ ਬਦਿਆਨਾ ਅਤੇ ਲਾਹੌਰ ਕਿੰਗਰਾ ਮੋੜ ਇਹ 6:40 ਅਤੇ ਸ਼ਾਮ ਨੂੰ ਬਹਾਵਲਪੁਰੋਂ ਨਿਕਲਦੀ ਅੱਡੇ 'ਚੋਂ ਬਰਾਹ ਰਾਸਤ ਹਾਂਸਲਪੁਰ ਜਾਂਦੀ ਹੈ ਇਹ ਬਹੁਤ ਪਿਆਰੀ ਸਰਵਿਸ ਡੇਲੀ ਸਰਵਿਸ ਹੈ ਇਹ ਵੀ ਜਿਹੜੀਆਂ ਗੱਡੀਆਂ ਤੁਹਾਨੂੰ ਮੈਂ ਦਿਖਾ ਰਿਹਾ ਡੇਲੀ ਸਰਵਿਸ ਗੱਡੀਆਂ ਔਰ ਬਹੁਤ ਪਿਆਰੀਆਂ ਗੱਡੀਆਂ ਮਾਸ਼ਾਅੱਲਾ ਹਾਂ ਮਾਸ਼ਾਅੱਲਾ ਡੇਲੀ ਸਰਵਿਸ ਆ ਬਹੁਤ ਪਿਆਰੀਆਂ ਗੱਡੀਆਂ ਇੱਥੇ ਵੀ ਸਰਵਿਸ ਕਰਕੇ ਵੇਖੋ ਬਰਾਹ ਰਾਸਤ ਹਾਂਸਲਪੁਰ ਆ ਜੀ ਕਾਲੂ ਬ੍ਰਦਰ ਜੀ 6:40 ਤੇ ਇਹਨੇ ਬਹਾਵਲਪੁਰੋਂ ਨਿਕਲਣਾ 6:40 ਤੇ ਜਨਾਬ ਇਹਨੇ ਇਹ ਜੀ ਕਾਲੂ ਬ੍ਰਦਰ ਜੀ ਅਨੈਤ ਸੈਂਸ ਵਾਲਿਆਂ ਦੀ ਗੱਡੀ ਆ ਮਾਸ਼ਾਅੱਲਾ ਇਹ ਇੱਥੋਂ ਆਉਂਦੀ ਆ ਜੀ ਕਿੱਥੋਂ ਪੈ ਰਹੀ ਸੱਤ ਮੋੜ ਵਾਲੀ ਸਾਈਡ ਤੋਂ ਆਉਂਦੀ ਹੈਡ ਰਾਜਖਾਂ ਤੋਂ ਇਹ ਮੀਰੋਪੁਰ ਮੀਰਪੁਰ ਆਜ਼ਾਦ ਕਸ਼ਮੀਰ ਜਾਂਦੀ ਆ ਜੀ ਫੈਸਲਾਬਾਦ ਸ਼ੇਖੂਪੁਰ ਗੁਜਰਾਂ ਵਾਲਾ 6:40 ਤੇ ਇਹਨੇ ਬਹਾਵਲਪੁਰ ਨਿਕਲਣਾ ਜੀ ਇਹ ਵੀ ਪੱਕੇ ਟਾਈਮ ਆ ਹੈਡ ਰਾਜਖਾਂ ਸੱਤ ਮੋੜ ਤੋਂ ਆਉਂਦੀ ਹੈ ਗੱਡੀ ਬਹਾਵਲਪੁਰ ਇਸ ਟਾਈਮ ਖੜ੍ਹੀ ਹੈ 6:40 ਤੇ ਇਹਨੇ ਬਹਾਵਲਪੁਰ ਤੋਂ ਨਿਕਲਣਾ ਮੀਰਪੁਰ ਆਜ਼ਾਦ ਕਸ਼ਮੀਰ ਤੁਹਾਨੂੰ ਕਲੀਅਰ ਕਰਕੇ ਮੈਂ ਤਖਤੀ ਵੀ ਦਿਖਾ ਰਿਹਾ ਇਹਨਾਂ ਦੀ ਇਸ ਵਾਸਤੇ ਮੈਂ ਆਪਣਾ ਚਿਹਰਾ ਨਹੀਂ ਦਿਖਾਉਂਦਾ ਤੁਹਾਨੂੰ ਗੱਡੀਆਂ ਕਲੀਅਰ ਦਿਖਾਉਂਦਾ ਇਹ ਜੀ ਨਿਊ ਹਬੀਬ ਖਾਨ ਟਾਈਮ ਬਹਾਵਲਪੁਰ ਤੋਂ ਲਾਹੌਰ ਇਹ ਤਕਰੀਬਨ ਸਰ ਅੱਧੇ ਘੰਟੇ 40 ਬਾਅਦ ਇਹਨਾਂ ਦੀ ਸਰਵਿਸ ਹੁੰਦੀ ਹੈ ਬਹਾਵਲਪੁਰ
ਇਹ ਮਾਸ਼ਾਅੱਲਾ ਡੇਲੀ ਸਰਵਿਸ ਆ, ਬਹੁਤ ਪਿਆਰੀਆਂ ਗੱਡੀਆਂ ਵਾ, ਨਾਨ ਏ ਸੀ ਗੱਡੀਆਂ ਜਨਾਬ ਜਿੰਨੀਆਂ ਵੀ ਤੁਹਾਨੂੰ ਦਿਖਾ ਰਿਹਾ, ਲੇਕਿਨ ਬਹੁਤ ਅੱਛੀਆਂ ਸਰਵਿਸਾਂ। ਦੇਖੋ ਜੀ ਕਿੱਡੀ ਪਿਆਰੀ ਗੱਡੀ ਹੈ ਜੀ, ਇਹ ਜੀ ਸਿਆਲਕੋਟ ਬਰਾਏ ਰਾਸਤਾ ਗੁਜਰਾਂ ਵਾਲਾ, ਇਹ ਬਹਾਵਲਪੁਰ ਤੋਂ ਚੀਤਾ ਡੈਮ। ਸੱਤ ਵਜੇ ਕੇ ਦਸ ਮਿੰਟ 'ਤੇ ਇਹਨੇ ਇੱਥੋਂ ਜਾਣਾ ਵਾ ਗੱਡੀ ਨੂੰ। ਸੱਤ ਵੱਜ ਗਏ ਦਸ ਮਿੰਟ 'ਤੇ ਡੇਲੀ ਸਰਵਿਸ ਆ ਜੀ ਬਹਾਵਲਪੁਰ ਤੋਂ ਸਿਆਲਕੋਟ ਬਰਾਏ ਰਾਸਤਾ ਗੁਜਰਾਂ ਵਾਲਾ। ਇਹ ਆ ਜੀ ਰਾਵੀ ਬਰਾਦਰ, ਇਹਦੇ ਤਖਤੀ ਲਾਹੌਰ ਵੀ ਲੱਗੀ ਹੈ ਜੀ। ਇਹ ਆ ਜੀ ਅਲ ਮਦੀਨਾ ਡੈਮ ਇਹਨੇ ਲਾਹੌਰ ਜਾਣਾ ਜੀ, ਬਰਾਏ ਰਾਸਤ ਖੈਰਪੁਰ ਹਾਂਸਲਪੁਰ। ਇਹਨੇ ਬਹਾਵਲਪੁਰ ਰਾਤ ਨੂੰ 8 ਵਜੇ ਨਿਕਲਣਾ, ਡੇਲੀ ਸਰਵਿਸ ਹੈ ਜੀ ਲਾਹੌਰ ਵਿਹਾੜੀ ਹਾਂਸਲਪੁਰ ਖੈਰਪੁਰ। ਲਾਹੌਰ ਜਾਣਾ ਬਰਾਏ ਰਾਸਤ, ਇਹਨੇ ਜਾਣਾ ਲਾਲ ਸੁਹਾਰਾ ਖੈਰਪੁਰ ਹਾਂਸਲਪੁਰ। ਇਹ ਆ ਜੀ ਸਾਦਕਾਬਾਦ ਜਾ ਰਿਹਾ ਜੀ ਮੰਠਾ ਡੈਮ, ਫੈਸਲਾਬਾਦ ਤੋਂ ਸਾਦਕਾਬਾਦ ਬਹਾਵਲਪੁਰ ਲਾਰੀ ਅੱਡੇ ਖੜ੍ਹਾ ਇਸ ਟਾਈਮ। ਫੈਸਲਾਬਾਦ ਗੋਜਰਾ ਟੋਬਾ ਬਹਾਵਲਪੁਰ ਲਿਆਕਤਪੁਰ ਖਾਨੇਵਾਲ ਸਾਦਕਾਬਾਦ ਮੰਠਾ ਡੈਮ। ਇਹ ਆ ਜੀ ਸ਼ਾਮ ਦਾ ਟਾਈਮ ਤਾਂ ਰਾਤ ਦਾ, ਅਤੇ ਬਹਾਵਲਪੁਰ ਲਾਰੀ ਅੱਡੇ ਦਾ ਵਿਊ, ਅਤੇ ਨਾਲ ਹੀ ਮੇਰੀ ਤਰਫੋਂ ਅੱਲਾ ਹਾਫਿਜ਼ ਜੀ। ਜਿੰਨਾ ਆਪ ਵੀਡੀਓ ਸ਼ੇਅਰ ਕਰਿਓ, ਕਮੈਂਟ ਕਰੋ, ਲਾਈਕ ਕਰੋ, ਸਾਡਾ ਚੈਨਲ ਸਬਸਕ੍ਰਾਈਬ ਕਰੋ। ਇਹ ਆ ਗਈ ਜੀ ਮੰਠਾਰ ਬਹਾਵਲਪੁਰ ਲਾਰੀ ਅੱਡੇ 'ਚ ਵੜ ਰਹੀ ਹੈ ਜੀ। ਇਹ ਜੀ ਗੁਜਰਾਂ ਵਾਲਾ ਡੈਮ ਆ ਜੀ, ਚਲੋ।
ਅੱਲਾ ਹਾਫਿਜ਼ ਜੀ, ਫਿਰ ਮਿਲਾਂਗੇ ਅਗਲੀ ਵੀਡੀਓ 'ਤੇ।